ਮੈਂ ਤੈਨੂੰ ਛੱਡਾਂਗੀ ਨਹੀਂ ਪ੍ਰਭਜੋਤ। ਇਹ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਜੇ ਗੱਲ ਮੇਰੀ ਜਿੱਤ ਦੀ ਹੋਵੇ ਨਾ, ਮੈਂ ਕਿਸੇ ਵੀ ਹੱਦ ਤੱਕ ਜਾ ਸਕਦੀ ਹਾਂ। ਇਹ ਧਮਕੀ ਨਾ ਕਿਸੇ ਹੋਰ ਨੂੰ ਜਾ ਕੇ ਦੇਈਂ। ਚੱਲ ਮੇਰੇ ਘਰ ਤੋਂ ਨਿਕਲ। ਇਹ ਤੂੰ ਚੰਗਾ ਨਹੀਂ ਕੀਤਾ ਪ੍ਰਭਜੋਤ। ਤੂੰ ਦੇਖੀ ਕਿਸੇ ਦਿਨ ਤੂੰ ਮੇਰੇ ਸਾਹਮਣੇ ਨੱਕ ਰਗੜ ਰਗੜ ਕੇ ਮਾਫ਼ੀ ਮੰਗੇਗੀ। ਬਹੁਤ ਪਛਤਾਏਂਗੀ ਤੂੰ। ਪਛਤਾਉਣ ਮੇਰੇ ਦੁਸ਼ਮਣ। ਚੱਲ ਚੱਲ ਵੱਡੀ ਆਈ ਮੇਰੀ ਹੈਲਪ ਲੈਣ ਵਾਲੀ। ਇਹ ਸਾਡੇ ਘਰ ਕੀ ਕਰ ਰਹੀ ਸੀ? ਨਾਲੇ ਆਈ ਕਦੋਂ? ਮੈਂ ਤਾਂ ਦੇਖੀ ਨਹੀਂ। ਮੈਨੂੰ ਮਿਲਣ ਆਈ ਸੀ, ਸੀਕ੍ਰੇਟ ਮੀਟਿੰਗ ਕਰਨ ਆਈ ਸੀ। ਆਫਰ ਦੇ ਰਹੀ ਸੀ ਮੈਨੂੰ, ਮੈਂ ਇੱਕ ਸ਼ਰਤ ਰੱਖਤੀ। ਵਿਚਾਰੀ ਗੁੱਸੇ ਹੋ ਕੇ ਚਲੀ ਗਈ। ਕਿਉਂ ਮੋਮ, ਇਹੋ ਜਿਹਾ ਕੀ ਕਹਿਤਾ ਤੁਸੀਂ ਇਹਨਾਂ ਨੂੰ? ਮੇਰੀ ਇੱਕ ਸ਼ਰਤ ਹੈ। ਸ਼ਰਤ? ਕੀ ਸ਼ਰਤ? ਮੈਂ ਕਿਰਤ ਨੂੰ ਹਰਾਉਣ ਵਿੱਚ ਤੇਰੀ ਹੈਲਪ ਜ਼ਰੂਰ ਕਰਾਂਗੀ, ਪਰ ਉਹਦੇ ਲਈ ਤੈਨੂੰ ਇਲੈਕਸ਼ਨ 'ਚੋਂ ਆਪਣਾ ਨੋਮੀਨੇਸ਼ਨ ਵਾਪਸ ਲੈਣਾ ਪਏਗਾ। ਤੈਨੂੰ ਆਪ ਨੂੰ ਪਤਾ ਵੀ ਲੱਗ ਰਿਹਾ ਕਿ ਤੂੰ ਕੀ ਬੋਲ ਰਹੀ ਹੈ? ਜੇ ਮੈਂ ਨੋਮੀਨੇਸ਼ਨ ਵਾਪਸ ਲੈ ਲਿਆ ਨਾ, ਕਿਰਤ ਨੇ ਬਿਨਾਂ ਇਲੈਕਸ਼ਨ ਲੜੇ ਜਿੱਤ ਜਾਣਾ। ਤੂੰ ਕਿਉਂ ਫਿਕਰ ਕਰਦੀ ਹੈ ਹਰਲੀਨ? ਜਿੱਤੇਗੀ ਤਾਂ ਨਾ ਹੋ, ਜੇ ਮੈਨੂੰ ਹਰਾ ਪਾਏਗੀ? ਤੇਰੇ ਕਹਿਣ ਦਾ ਕੀ ਮਤਲਬ ਹੈ ਪ੍ਰਭਜੋਤ? ਲੈ ਕਿੰਨੀ ਭੋਲੀ ਹੈ ਨਾ ਤੂੰ, ਤੈਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਿਰਤ ਦੇ ਖਿਲਾਫ ਇਲੈਕਸ਼ਨ 'ਚ ਮੈਂ ਲੜਾਂਗੀ। ਮੇਰਾ ਇਹ ਦਾਅਵਾ ਹੈ ਕਿ ਮੇਰੇ ਖਿਲਾਫ ਇਲੈਕਸ਼ਨ 'ਚ ਖੜੀ ਹੋ ਕੇ ਕਿਰਤ ਕਦੇ ਵੀ ਲੇਡੀਜ਼ ਕਲੱਬ ਦੀ ਪ੍ਰੈਜ਼ੀਡੈਂਟ ਨਹੀਂ ਬਣ ਸਕੇਗੀ। ਹੁਣੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।